ਜੀ ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਵੱਡੀ ਅਪਡੇਟ ਛੁੱਟੀਆਂ ਨੂੰ ਲੈ ਕੇ ਵੱਡੀ ਖਬਰ। ਮੌਸਮ ਵਿਭਾਗ ਵੱਲੋਂ 5 ਦਿਨਾਂ ਦੇ ਲਈ ਅਲਰਟ ਜਾਰੀ। 23 ਜਨਵਰੀ ਤੱਕ ਵਧਣਗੀਆਂ ਛੁੱਟੀਆਂ। ਕੀ ਆ ਪੂਰੀ ਅਪਡੇਟ, ਆਓ ਜਾਣਦੇ ਹਾਂ ਅੱਜ ਦੀ ਵੀਡੀਓ ਦੁਆਰਾ। ਉਸ ਤੋਂ ਪਹਿਲਾਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਉੱਪਰ ਦੇਖਣ ਨੂੰ ਮਿਲ ਸਕਣਗੀਆਂ। ਅਗਰ ਤੁਸੀਂ ਵੀ ਲੇਟੈਸਟ ਅਪਡੇਟ ਜਾਣਨਾ ਚਾਹੁੰਦੇ ਹੋ ਤਾਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰਕੇ ਨਵੀਆਂ ਅਤੇ ਤਾਜ਼ੀਆਂ ਅਪਡੇਟ ਸਭ ਤੋਂ ਪਹਿਲਾਂ ਦੇਖ ਸਕਦੇ ਹੋ। ਪੂਰੇ ਉੱਤਰ ਭਾਰਤ ਸਮੇਤ ਪੰਜਾਬ ਵਿੱਚ ਠੰਡ ਦਾ ਕਹਿਰ ਆਉਣ ਵਾਲੇ 5 ਦਿਨਾਂ ਤੱਕ ਜਾਰੀ ਰਹੇਗਾ। ਆਉਣ ਵਾਲੇ 4 ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਹਵਾ ਵਿੱਚ ਨਮੀ ਦੀ ਮਾਤਰਾ, ਹਵਾ ਦੀ ਰਫ਼ਤਾਰ 0-1 ਜਾਂ ਫਿਰ 2 ਕਿਲੋਮੀਟਰ ਪ੍ਰਤੀ ਘੰਟਾ ਅਤੇ ਬਾਰਿਸ਼ ਦੀ ਘਾਟ ਬਰਕਰਾਰ ਰਹਿਣ ਵਰਗੇ ਹਾਲਾਤ ਧੁੰਦ ਨੂੰ ਅਲਵਿਦਾ ਕਹਿਣ ਦਾ ਮੌਕਾ ਨਹੀਂ ਦੇਣਗੇ। ਮੌਸਮ ਮਹਿਰਾਂ ਦੀ ਮੰਨੀਏ ਤਾਂ ਬੀਤੇ ਰਾਤ ਵੈਦਰ ਦੀ ਠੰਡ ਪੰਜਾਬ ਦੀ ਠੰਡ 'ਚ ਪਿਛਲੇ 9 ਸਾਲ ਦਾ ਰਿਕਾਰਡ ਤੋੜਦੀ ਦਿਖਾਈ ਦੇ ਰਹੀ ਹੈ। 9 ਸਾਲ ਪਹਿਲਾਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਘੱਟੋ ਘੱਟ ਤਾਪਮਾਨ -1 ਡਿਗਰੀ ਦਰਜ ਕੀਤਾ ਗਿਆ ਸੀ ਅਤੇ ਮੌਜੂਦਾ ਸਾਲ ਦੇ ਜਨਵਰੀ ਮਹੀਨੇ ਵਿੱਚ ਬੀਤੀ ਰਾਤ ਦਾ ਨਵਾਂਸ਼ਹਿਰ ਜ਼ਿਲ੍ਹੇ ਦਾ ਤਾਪਮਾਨ ਘੱਟੋ ਘੱਟ -0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 14 ਜਨਵਰੀ ਦੀ ਰਾਤ ਨੂੰ ਨਵਾਂਸ਼ਹਿਰ ਦਾ ਘੱਟੋ ਘੱਟ ਤਾਪਮਾਨ -0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਠੰਡ ਦਾ ਕਹਿਰ ਵੈਲਟੀਅਰ ਬਿਊਰੋ ਦੇ ਅਨੁਸਾਰ ਦੇਰੀ ਹੋਣ ਕਾਰਨ ਵੀ ਹੈ। ਆਮ ਤੌਰ 'ਤੇ ਜਨਵਰੀ ਮਹੀਨੇ ਵਿੱਚ ਹੁਣ ਤੱਕ 1 ਜਾਂ 2 ਮਹੀਨੇ ਮੀਂਹ ਪੈਂਦਾ ਹੈ, ਮੀਂਹ ਨੂੰ ਧੁੰਦ ਨਾਲ ਸਾਫ਼ ਕਰ ਦਿੰਦਾ ਹੈ। ਬਾਰਿਸ਼ ਦੇ ਆਉਣ ਵਿੱਚ ਦੇਰੀ, ਹਵਾ ਵਿੱਚ ਨਮੀ ਦੀ ਜ਼ਿਆਦਾਤਰ ਮਾਤਰਾ ਅਤੇ ਹਵਾ ਦੀ ਰਫ਼ਤਾਰ 0 ਅਤੇ ਇਸ ਦੇ ਆਸ ਪਾਸ ਹੋਣ ਕਰਕੇ ਧੁੰਦ ਦਾ ਕਹਿਰ ਨਹੀਂ ਹਟ ਰਿਹਾ ਹੈ। ਪੱਛਮੀ ਪੌਣਾਂ ਦਾ ਦਬਾਅ ਮੱਧ ਮਾਰਗ ਵੱਲੋਂ ਅਫਗਾਨਿਸਤਾਨ ਅਤੇ ਪਾਕਿਸਤਾਨ ਵੱਲ ਵੱਧ ਰਿਹਾ ਹੈ, ਪਰ ਆਉਣ ਵਾਲੇ 6 ਤੋਂ 7 ਦਿਨ ਪੱਛਮੀ ਪੌਣਾਂ ਦੇ ਆਉਣ ਦੀ ਕੋਈ ਸੰਭਾਵਨਾ ਨਹੀਂ ਨਜ਼ਰ ਆ ਰਹੀ ਹੈ। ਇਸ ਲਈ ਲੋਕਾਂ ਨੂੰ ਠੰਡ ਤੋਂ ਜਲਦੀ ਛੁਟਕਾਰਾ ਨਹੀਂ ਮਿਲੇਗਾ ਔਰ ਇਸ ਦੀ ਕੋਈ ਵੀ ਉਮੀਦ ਨਹੀਂ ਜਤਾਈ ਜਾ ਸਕਦੀ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਵਿੱਚ ਅਤੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਜੋ ਹੱਦ ਤੋਂ ਵੱਧ ਠੰਡ ਵਧੀ ਹੋਈ ਹੈ। ਇਸ ਕਰਕੇ ਹੁਣ ਸਕੂਲਾਂ ਵਿੱਚ ਜੋ 20 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਸੀ, ਕਿ ਉਹਨਾਂ ਛੁੱਟੀਆਂ ਦੇ ਵਿੱਚ ਵਾਧਾ ਹੋਵੇਗਾ ਜਾਂ ਫਿਰ 21 ਤਰੀਕ ਤੋਂ ਸਾਰੇ ਹੀ ਸਕੂਲ ਦੁਬਾਰਾ ਤੋਂ ਖੋਲ੍ਹੇ ਜਾਣਗੇ। ਇਸ ਦੇ ਸੰਬੰਧ ਵਿੱਚ ਹੁਣ ਸਿੱਖਿਆ ਡਿਪਾਰਟਮੈਂਟ ਦਾ ਕੀ ਅਪਡੇਟ ਹੋਵੇਗਾ, ਉਸ ਦੇ ਬਾਰੇ ਆਪਾਂ ਜਲਦ ਹੀ ਤੁਹਾਡੇ ਨਾਲ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ। ਅਤੇ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ। ਧੰਨਵਾਦ।